ਜੀ ਹਾਂਜੀ ਕੀ ਹੈ ਉਹ ਕੀ ਹੈ ਮੈਨੂੰ ਪਤਾ ਜੀ ਕੀ ਹੈ ਬੋਤਲ ਜੀ ਬੋਤਲ ਦਾ ਬੱਚਾ ਬੋਤਲ ਦਾ ਬੱਚਾ ਅਸਲਾਮ ਵਾਲੇਕੁਮ ਮੈਂ ਆਵਾਂ ਜੀ ਅਬਜ਼ਰ ਉਮੀਦ ਕਰਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਨਾ ਬੇਲੀ ਬਾਈ ਨਾ ਪੀਜ਼ਾ ਖਾਣ ਆਏ ਜੀ ਬਾਈ ਇਸਮਤ ਪੀਜ਼ਾ ਖਵਾਉਣ ਲੱਗੇ ਨੇ ਸਾਨੂੰ ਨਾਲ ਜ਼ੈਨ ਦਾਊਦ ਹਮ ਦਲ ਵੀ ਲੈ ਜਾਂਦਾ ਮੈਂ ਕਿਹਾ ਮਾੜੇ ਬੰਦੇ ਨੇ ਖਵਾਏ ਜੀ ਹੈ ਜੀ ਕਰ ਲਿਆ ਜੀ ਜਾਓ ਫਿਰ ਚੱਲੀਏ ਅੰਦਰ ਆ ਦੁਕਾਨ ਦੇ ਸਾਹਮਣੇ ਜ਼ੈਨ ਹਾਂਜੀ ਕਦੀ ਪੀਜ਼ਾ ਖਾਧਾ ਜੀ ਨਹੀਂ ਮੈਨੂੰ ਤਾਂ ਪਤਾ ਨਹੀਂ ਪੀਜ਼ਾ ਕਿਹਨੂੰ ਕਹੀਦਾ ਪੀਜ਼ਾ ਪਤਾ ਕਿਹਨੂੰ ਕਹੀਦਾ ਹਾਂਜੀ ਪੀਜ਼ਾ ਪੀਜ਼ੇ ਨੂੰ ਕਹੀਦਾ ਪੀਜ਼ਾ ਪੀਜ਼ੇ ਨੂੰ ਕਹੀਦਾ ਹੁੰਦਾ ਕਿਹੋ ਜਿਹਾ ਹੁੰਦਾ ਪੀਜ਼ੇ ਵਰਗਾ ਪੀਜ਼ਾ ਪਤਾ ਜੀ ਪਰ ਚਾਟ ਉਡਲ ਨੇ ਆ ਨਹੀਂ ਪਤਾ ਹੈ ਕੀ ਹੁੰਦਾ ਬਈ ਸਾਹਿਬ ਜੀ ਹਾਂਜੀ ਮਸ਼ਹੂਰੀ ਜਿਵੇਂ ਕਿਹਾ ਜੀ ਪੀਜ਼ਾ ਚਾਟ ਉਡਲ ਵਾਲਾ ਹੁੰਦਾ ਅੱਛਾ ਜੀ ਹਾਂਜੀ ਬਈ ਸਾਹਿਬ ਹਾਂਜੀ ਪੀਜ਼ਾ ਵੇਖਿਆ ਵੇਖਾਈ ਦਾ ਪਤਾ ਨਹੀਂ ਕੀ ਹੁੰਦਾ ਹਾਂ ਵੀ ਹਮ ਜਾ ਤੂੰ ਵੀ ਕਦੀ ਪਹਿਲਾਂ ਪੀਜ਼ਾ ਖਾਦਾ ਹੈ ਕਿ ਨਹੀਂ ਖਾਦਾ ਹੀ ਇੱਕ ਵਾਰ ਹਾਏ ਕਿਹੋ ਜਿਹਾ ਆਈ ਜਿਹੋ ਜਿਹਾ ਹੁੰਦਾ ਨਹੀਂ ਤਾਂ ਵੀ ਰੋਟੀਆਂ ਦਾ ਹੁੰਦਾ ਗੋਲ ਮਟੋਲ ਗੋਲ ਮਟੋਲ ਮੈਂ ਇੱਕ ਵਾਰੀ ਖਾਦਾ ਸੀ ਭਾਈ ਇਸਮਤ ਨਾਲ ਆਇਆ ਇੱਥੇ ਹੀ ਆਏ ਹਾਂ ਅਸੀਂ ਮੈਂ ਜਿਹੜਾ ਨਾ ਭਾਈ ਇਸਮਤ ਹੋਰਾਂ ਦੇ ਨਾਲ ਪਹਿਲਾਂ ਵੀ ਇੱਥੇ ਆਇਆ ਮੈਂ ਭਾਈ ਇਸਮਤ ਅਤੇ ਭਾਈ ਇਸਮਤ ਫੁੱਫੋ ਦਾ ਮੁੰਡਾ ਆਇਆ ਨਾ ਸਹੀ ਗੱਲ ਇੰਨਾ ਮਜ਼ਾ ਤਾਂ ਨਹੀਂ ਆਇਆ ਪਰ ਕਰਦਾ ਧਿਆਨ ਹੋਰਾਂ ਕੋ ਪੁੱਛਾਂਗੇ ਮਜ਼ਾ ਆਇਆ ਆਇਆ ਇਹਨਾਂ ਨੂੰ ਕਿ ਨਹੀਂ ਪਰ ਕਰਦਾ ਬਰਕਰ ਓਹੋ ਪੀਜ਼ਾ ਪੀਜ਼ਾ ਆਏ ਜ਼ੈਨ ਨੇ ਵੀ ਆਖਿਆ ਘਰੋਂ ਪੀਜ਼ਾ ਕਹਿ ਕਹਿ ਇੱਥੇ ਆ ਕੇ ਬਰਗਰ ਬਣ ਗਿਆ ਆਓ ਫਿਰ ਚੱਲ ਆਓ ਅੰਦਰ ਚੱਲੀਏ ਜ਼ੈਨ ਤੁਸੀਂ ਕਿ ਚੱਲੇ ਹੋ ਬਾਹਰ ਨਿਕਲੋ ਬਾਹਰ ਨਿਕਲੋ ਬਾਹਰ ਨਿਕਲੋ ਤੁਸੀਂ ਆਪਣੇ ਭਾਈ ਹੋ ਚਲੋ ਜਾਓ ਜਾਓ ਤੂੰ ਵੀ ਤੁਰ ਜਾ ਭਾਈ ਮਾੜਾ ਬੰਦਾ ਮੈਂ ਚੁੱਪ ਕਰਕੇ ਹੁਣ ਨਹੀਂ ਤੇ ਜਿਹਨੇ ਗੱਲ ਕੀਤੀ ਨਾ ਉਹਨੂੰ ਕੱਢ ਛੱਡਣਾ ਫੋਨ ਨਾ ਏਡਾ ਨਰਮ ਕਦੀ ਵੇਖਿਆ ਸੋਫਾ ਨਹੀਂ ਯਾਰ ਕੀ ਹੋ ਗਿਆ ਸ਼ਰਟ ਲਕਸ਼ਮੀ ਤੇ ਆ ਤੁਹਾਡੀ ਕੋਟ ਇੱਕੋ ਹੀ ਪਾਇਆ ਤੇਰੀ ਕੋਟ ਦੇ ਨਾਲ ਕੋਈ ਗੱਲ ਕਰਨ ਵਾਲੀ ਕਹਿੰਦਾ ਹੈਂਡ ਫਰੀ ਤੇ ਮੈਂ ਪਹਿਲੀ ਵਾਰੀ ਵੇਖੇ ਨੇ ਕੋਟ ਦੇ ਨਾਲ ਮੈਂ ਵੀ ਜੇਬੀ ਪਹਿਲੀ ਵਾਰੀ ਵੇਖੀ ਆ ਸੇਬ ਪਾ ਲਈ ਵੇ ਕੀ ਖਾਣਾ ਤੁਸੀਂ ਵੀ ਦੱਸੋ ਕੀ ਖਾਣਾ ਇੱਕ ਮਿੰਟ ਕਿਹਦੀ ਪਸੰਦ ਆ ਖਾਣਾ
ਮਾਰੋ ਤੇ ਨਾ ਅੱਛਾ ਜੀ ਚਿਪਸ ਕਹੀਦਾ ਪੀਜ਼ਾ ਹੀ ਜਿਹੜਾ ਤੁਸੀਂ ਖਾਣਾ ਹਾਂ ਉਹ ਵੇਖੋ ਤੇ ਕਾਲੇ ਕੋਲੇ ਵੀ ਪਏ ਮੁੱਤੜੀ ਕੋਲੇ ਕੋਲੇ ਆਹੋ ਭਾਈ ਸਾਹਿਬ ਜੀ ਹਾਂਜੀ ਤੁਹਾਨੂੰ ਪਤਾ ਨਹੀਂ ਕੀ ਜੇ ਕੀ ਹੈ ਜੋ ਵਸਿਆ ਹਾਂਜੀ ਜੋ ਵਸਿਆ ਉੱਤੇ ਅੱਛਾ ਜੀ ਹਾਂਜੀ ਇਹ ਵੇਖੋ ਪਾਣੀ ਦੀ ਬੋਤਲ ਭਾਈ ਇਜ਼ਮਤ ਹਲੇ ਮੈਂ ਜਾ ਕੇ ਤਾਰਾਂ ਕੱਢਣੀਆਂ ਨੇ ਫਿਰ ਕਰ ਲਓ ਕੋਈ ਜਲਦੀ ਜਲਦੀ ਮੈਂ ਤੇ ਕੱਲ ਮੈਂ ਤੇ ਪਰਸੋਂ ਦੀ ਰੋਟੀ ਵੀ ਨਹੀਂ ਖਾਧੀ ਮੈਂ ਕਿਹਾ ਭਾਈ ਇਜ਼ਮਤ ਪਾਰਟੀ ਦੇਣੀ ਭਜਨ ਮੈਂ ਤੇ ਨਾ ਤੁਹਾਨੂੰ ਖਵਾ ਸਕਣਾ ਨਾ ਪਕਾ ਸਕਣਾ ਨੇਰੇ ਕੱਢ ਲਾਂਗੇ ਅੱਜ ਕੀ ਹੋ ਚੱਲ ਰੋਜ਼ ਟਾਈਮ ਨਾਲ ਕੱਢਣਾ ਕਮੈਂਟ ਕਰਕੇ ਨਾ ਜ਼ਰੂਰ ਦੱਸਿਓ ਜਿਹੜਾ ਸਹੀ ਹੋਏਗਾ ਨਾ ਕੀ ਡਾਇਲੋਗ ਹਾਂਜੀ ਹਾਂਜੀ ਜਿਹੜਾ ਜ਼ੈਨ ਦਾ ਜਿਹੜਾ ਡਾਇਲੋਗ ਨਾ ਜ਼ੈਨ ਦਾ ਨਹੀਂ ਤਿੰਨੇ ਬੋਲਣ ਲੱਗੇ ਤੇ ਜਿਹੜਾ ਜਿਹਦਾ ਡਾਇਲੋਗ ਸਹੀ ਹੋਇਆ ਕਮੈਂਟ ਕਰਕੇ ਦੱਸਿਓ ਤੇ ਸੁਣਾ ਪਾਣੀ ਚ ਪਾ ਰਿਹਾ ਮੈਂ ਖਾਣਾ ਪਾਣੀ ਚ ਟਾਈਮ ਨਾਲ ਹੀ ਪਾ ਰਿਹਾ ਕਮੈਂਟ ਕਰਕੇ ਦੱਸਿਓ ਨਾ ਵੀ ਕਿਹਦਾ ਡਾਇਲੋਗ ਮਤਲਬ ਕਿ ਬਹੁਤਾ ਫਨੀ ਡਾਇਲੋਗ ਹਾਂਜੀ ਇਹ ਵੇਖੋ ਪੀਜ਼ੇ ਦੇ ਕੋਲੇ ਪਾ ਰਹੇ ਵਾਲ ਵਾ ਕੇ ਪਬਜੀ ਚ ਤਸਲਾ ਜਾ ਹੁੰਦਾ ਸਿਰ ਚ ਮਾਰਨ ਵਾਸਤੇ ਹਾਂਜੀ ਜਿੰਨੇ ਕੁ ਤੁਸੀਂ ਖਾਓਗੇ ਯਾਰ ਖਾ ਲੈਨੇ ਕੱਲ ਹੀ ਇੰਨੀਆਂ ਤਰਸੀਆਂ ਗਾਵਾਂ ਨਾ ਵੇਖਣ ਡਿਓ ਮੇਰਾ ਵੀ ਦਿਲ ਕਰਨ ਡਿਆ ਮੇਰਾ ਤੁਹਾਡਾ ਬਹੁਤਾ ਕਰਨ ਡਿਆ ਮੈਂ ਵੀ ਕਾਬੂ ਕਰਕੇ ਆਪਣੇ ਆਪ ਨੂੰ ਬੈਠਾ ਵਾਂ ਨਹੀਂ ਅੱਜ ਨੀ ਫੋਨ ਸੁਣਨ ਜਾਣਾ ਉਹ ਆਹੋ ਉਹ ਤੂੰ ਅੰਦਰ ਹੀ ਸੱਦ ਲਿਆ ਜਾ ਬੁਲਾ ਕੇ ਲਿਆ ਜਾ ਬੁਲਾ ਕੇ ਲਿਆ ਜਾ ਬੁਲਾ ਕੇ ਲਿਆ ਅੰਦਰ ਬੁਲਾ ਕੇ ਲਿਆ ਬੜੇ ਬਹਾਨੇ ਕੌਣ ਨੇ ਅੱਗੇ ਵੀ ਮੈਂ ਦੱਸਿਆ ਇਹ ਜਿਹੜਾ ਪਤੀਲਾ ਨਾ ਕਿੱਥੇ ਗਿਆ ਇਹ ਵਾਲਾ ਇਹ ਪਬਜੀ ਸਿਰ ਚ ਮਾਰਨ ਵਾਸਤੇ ਹੁੰਦਾ ਤੇ ਮੈਂ ਸਿਰ ਚ ਮਾਰਨਾ ਬਾਅਦ ਨਾ ਆਖਿਓ ਹੁਣ ਕੀ ਹੋ ਗਿਆ ਖਾ ਲੈ ਤੈਨੂੰ ਪੀਜ਼ਾ ਕੱਟਣ ਦੀ ਨੀ ਜਾਚ ਛਦਾਈ ਜੀ ਆ ਬਸ ਮੈਂ ਦੱਸਿਓ ਉਹਨੂੰ ਕਿਵੇਂ ਕੱਟੀਦਾ ਮੈਨੂੰ ਜਾਚ ਨਹੀਂ ਯਾਰ ਰਹਿਣ ਦੇ ਤੂੰ ਰਹਿਣ ਤੂੰ ਨਾ ਜਾਚ ਦੱਸਿਆ ਕਰ ਵੇਖੀ ਇੱਥੇ ਅੰਜ ਰੱਖ ਕੇ ਸਿੱਧੀ ਆ ਜਾ ਸਿੱਧੀ ਛੁੜੀ ਬੁੱਠੀ ਫੜ ਲਈ ਮੈਂ ਬਾਹਰ ਕੱਢੋ ਤੁਹਾਨੂੰ ਤੁਸੀਂ ਕੀ ਵਿੱਚ ਰੱਖਿਆ ਉਹ ਕੱਟ ਕੱਟ ਆ ਵੇਖੇ ਇੰਜ ਕੱਟ ਕੇ ਨਾ ਉਹਨਾਂ ਨੂੰ ਵਾਪਸ ਦੇ ਆ ਹੁਣ ਦੇ ਆ ਵਾਪਸ ਬਸ ਕੱਟਣਾ ਹੀ ਤੂੰ ਖਾਧਾ ਨੀ ਬਾਈ ਤੂੰ ਮੈਂ ਦੋ ਨੰਬਰ ਕਰਨਾ ਮੈਨੂੰ ਨੀ ਨਾ ਡੱਕ ਕੇ ਦਿੱਤਾ ਮੈਂ ਤੁਹਾਡੇ ਨਾਲ ਬੋਲਦਾ ਹੱਥਾਂ ਨਾਲ ਹੀ ਖਾ ਲਿਆ ਇਸ ਤਰ੍ਹਾਂ ਨੀ ਤੇਰੇ ਕੋ ਕੱਟਿਆ ਜਾਣਾ ਆਹੋ ਐਵੇਂ ਖਾਈ ਜਾ ਵੇਖ ਭਾਈ ਅਜ਼ਮਤ ਹੋਰੀ ਤੇ ਸਾਰੀ ਬੰਦੇ ਨੇ ਭਾਈ ਅਸੀਂ ਕੀ ਕਰੀਏ ਹੁੰਦਾ ਯਾਰ ਕੀ ਕਰੂ ਅਸੀਂ ਵੀ ਖਾਣਾ ਸਾਡੇ ਹੀ ਸਿਰਾਂ ਨਾਲ ਖਾਈ ਜਾ
ਹੋਰ ਖਾ ਪੀਜ਼ਾ ਅਜੇ ਇੱਕ ਹੋਰ ਪਿਆ ਖਾ ਲਿਆ ਹੁਣ ਜੀ ਲੱਗਾ ਹਾਸੇ ਨਾਲ ਖਾ ਲਿਆ ਨਹੀਂ ਤਾਂ ਮੈਂ ਖਾ ਜਾਣੇ ਫਿਰ ਪੈਂਦਾ ਰਹੇਗਾ ਬਸ ਨਹੀਂ ਵੇਖੋ ਉਦੋਂ ਬੰਦਾ ਹਿਸਾਬ ਨਾਲ ਖਾ ਲੈਂਦਾ ਹੈਂ ਉਦੋਂ ਬੰਦਾ ਜਿਹੜਾ ਸਬਰ ਨਾਲ ਖਾ ਲੈਂਦਾ ਨਾ ਖਾਈ ਗਏ ਉਹ ਬਾਈ ਜੀ ਜੀ ਹਾਂਜੀ ਪੀਜ਼ਾ ਖਾਂਦੇ ਹਾਂ ਹਾਂਜੀ ਮਤਲਬ ਤੁਹਾਡੇ ਤੁਰਿਆ ਨੀ ਜਾਣਾ ਹੁਣ ਇੱਥੇ ਰੋ ਫਿਰ ਚੱਲਦੇ ਹਾਂ ਠੀਕ ਹੈ ਲਾ ਫਿਰ ਬੰਦਾ ਜਿਹੜਾ ਥੋੜਾ ਖਾ ਲੈਂਦਾ ਪਹਿਲਾਂ ਠੀਕ ਹੈ ਤੇ ਅੱਜ ਦਾ ਸਾਡਾ ਵਲੋਗ ਸੀ ਨਾ ਜਰਾ ਆਹ ਸਮਝ ਆ ਗਈ ਬਾਈ ਅਜ਼ਮਤ ਨੇ ਪਾਰਟੀ ਦਿੱਤੀ ਸੀ ਜਰਾ ਬਈ ਇਹ ਮੈਨੂੰ ਪਹਿਲਾਂ ਪੀਜ਼ਾ ਖਵਾਇਆ ਜ਼ੈਨ ਹੋਰੀ ਕਹਿੰਦੇ ਹਨ ਵੀ ਸਾਨੂੰ ਨਹੀਂ ਪੀਜ਼ਾ ਖਵਾਇਆ ਬਾਈ ਅਜ਼ਮਤ ਨੂੰ ਅੱਜ ਉਹਨੂੰ ਪੀਜ਼ਾ ਖਵਾਉਣ ਲਿਆਏ ਹਾਂ ਅਤੇ ਫਿਰ ਅਮਿਤ ਕਾ ਨਾ ਜਿਹੜਾ ਅੱਜ ਦਾ ਮੇਰਾ ਵਲੋਗ ਤੁਹਾਨੂੰ ਚੰਗਾ ਲੱਗਾ ਹੋਗਾ ਚੰਗਾ ਲੱਗਾ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਨਾਲੇ ਮੇਰਾ ਜਿਹੜਾ ਸੇਵ ਪਿੰਡ ਚੱਲ ਰਿਹਾ ਨਾ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਅਗਲੀ